ਅੱਜ ਰਵਿਦਾਸ ਭਾਈਚਾਰੇ ਦੇ ਵੱਲੋਂ ਪੂਰੇ ਪੰਜਾਬ ਅੰਦਰ ਪੰਜਾਬ ਨੂੰ ਬੰਦ ਕਰਨ ਦੀ ਕੌਲ ਹੈ ਅਤੇ ਪੂਰੇ ਸ਼ਾਂਤੀ ਦੇ ਤਰੀਕੇ ਦੇ ਨਾਲ ਪੰਜਾਬ ਨੂੰ ਬੰਦ ਕੀਤਾ ਗਿਆ। ਅਸੀਂ ਅੱਜ ਜਲੰਧਰ ਦੇ ਰਵਿਦਾਸ ਚੌਂਕ ਦੇ ਵਿੱਚ ਖੜ੍ਹੇ ਹਾਂ ਜਿੱਥੇ ਰਵਿਦਾਸ ਭਾਈਚਾਰੇ ਦੇ ਵੱਲੋਂ ਰੋਡ ਜਾਮ ਕੀਤੇ ਹੋਏ ਨੇ। ਉਹਨਾਂ ਨਾਲ ਗੱਲਬਾਤ ਵੀ ਕਰਦੇ ਹਾਂ ਕਿ ਪ੍ਰਸ਼ਾਸਨ ਦੇ ਵੱਲੋਂ ਕਿਸ ਤਰੀਕੇ ਦੇ ਨਾਲ ਹੁੰਗਾਰਾ ਮਿਲ ਰਿਹਾ, ਪ੍ਰਸ਼ਾਸਨ ਕਿੰਨਾ ਕੁ ਸਾਥ ਦੇ ਰਿਹਾ। ਸਰ, ਪ੍ਰਸ਼ਾਸਨ ਸਾਥ ਦੇ ਰਿਹਾ ਤੁਹਾਡਾ? ਦੇਖੋ, ਕੱਲ੍ਹ ਉਹਨਾਂ ਨੇ ਡਿਪਟੀ ਕਮਿਸ਼ਨਰ ਦੇ ਜਿਹੜਾ ਮੀਟਿੰਗ ਬੁਲਾਈ ਸੀ ਔਰ ਉਹਨਾਂ ਨੇ ਵੀ ਇਹ ਅਪੀਲ ਕੀਤੀ ਸੀ ਵੀ ਸ਼ਾਂਤੀਪੂਰਵਕ ਤਰੀਕੇ ਦੇ ਨਾਲ ਜਿਹੜਾ ਉਹ ਤੁਸੀਂ ਆਪਣਾ ਜਿਹੜਾ ਰੋਸ ਮੁਜ਼ਾਹਰਾ ਜਿਹੜਾ ਉਹ ਕਰਨਾ ਔਰ ਪ੍ਰਸ਼ਾਸਨ ਵੱਲੋਂ ਜਿਹੜਾ ਦੋ ਤਿੰਨ ਦਿਨ ਤੋਂ ਲਗਾਤਾਰ ਜਿਹੜਾ ਇਹ ਚੱਲ ਰਿਹਾ ਤਾਂ ਉਹਨਾਂ ਵੱਲੋਂ ਸਾਨੂੰ ਜਿਹੜਾ ਭਰਪੂਰ ਜਿਹੜਾ ਉਹ ਸਾਥ ਆ ਵੀ ਸ਼ਾਂਤੀ ਬਣਾ ਕੇ ਰੱਖਣੀ ਹੈ। ਤਾਂ ਅਸੀਂ ਵੀ ਯਕੀਨ ਦਵਾਉਂਦੇ ਹਾਂ ਵੀ ਅੱਜ ਦਾ ਜਿਹੜਾ ਰੋਸ ਮੁਜ਼ਾਹਰਾ ਆ ਇਹ ਸ਼ਾਂਤੀਪੂਰਵਕ ਤਰੀਕੇ ਨਾਲ ਹੋਊਗਾ, ਕਿਉਂਕਿ ਅਸੀਂ ਉਹ ਲੋਕ ਹਾਂ ਜਿਹੜੇ ਬਾਬਾ ਸਾਹਿਬ ਡਾਕਟਰ ਅੰਬੇਡਕਰ ਦੇ ਸੰਵਿਧਾਨ ਦੇ ਵਿੱਚ ਜਿਹੜਾ ਵਿਸ਼ਵਾਸ ਰੱਖਦੇ ਹਾਂ। ਅਸੀਂ ਹਿੰਸਕ ਲੋਕ ਨਹੀਂ ਹਾਂ, ਅਸੀਂ ਸ਼ਾਂਤਮਈ ਸੰਤ ਜਿਹੜੇ ਲੋਕ ਹੈਗੇ ਹਾਂ। ਔਰ ਦੂਸਰੀ ਗੱਲ ਜਿਹੜੀ ਆ ਵੀ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਦਾ ਤੁਗਲਕਾਬਾਦ ਦੇ ਵਿੱਚ ਜਿਹੜਾ ਮੰਦਰ ਜਿਹੜਾ ਉਹ BJP ਨੇ RSS ਦੀ ਸ਼ਰਾਰਤ ਦੇ ਉੱਤੇ ਸੁਪਰੀਮ ਕੋਰਟ ਦਾ ਸਹਾਰਾ ਲੈ ਕੇ ਜਿਹੜਾ ਮੰਦਰ ਢਾਇਆ ਗਿਆ ਔਰ ਅਸੀਂ ਸਰਕਾਰ ਨੂੰ ਚੇਤਾਵਨੀ ਦੇਣੀ ਚਾਹੁੰਦੇ ਹਾਂ ਵੀ ਇਹ ਲੋਕ ਜੇ ਜਿੰਨੇ ਸ਼ਾਂਤਮਈ ਤਰੀਕੇ ਆ ਅਤੇ ਉਸ ਤੋਂ ਜ਼ਿਆਦਾ ਇਹ ਇਹਨਾਂ ਦੇ ਅੰਦਰ ਜਿਹੜੀ ਆ ਅੱਗ ਵੀ ਬਹੁਤ ਆ। ਇਸ ਕਰਕੇ ਸਰਕਾਰ ਜਿਹੜਾ ਉਹ ਸਾਡੀ ਪ੍ਰੀਖਿਆ ਨਾ ਲਵੇ, ਪਰਖ ਨਾ ਕਰੇ, ਨਹੀਂ ਤਾਂ ਇਹੋ ਜਿਹੇ ਹਾਲਾਤ ਨਾ ਪੈਦਾ ਹੋਣ ਵੀ ਕੱਲ੍ਹ ਨੂੰ ਸਰਕਾਰ ਜਿਹੜੀ ਆਪ ਇਹਦੀ ਜ਼ਿੰਮੇਵਾਰ ਹੋਵੇ। ਇਹ ਅੱਜ ਦਾ ਧਰਨਾ ਜਿਹੜਾ ਆ ਕਦੋਂ ਤੱਕ, ਸ਼ਾਮ ਕਿੰਨੇ ਵਜੇ ਤੱਕ ਰਹੇਗਾ? ਕਿਉਂਕਿ ਬਰਸਾਤ ਦੇ ਕਰਕੇ ਥੋੜ੍ਹਾ ਧਰਨਾ ਜਿਹੜਾ ਫਿਰ ਹੋਇਆ ਤਾਂ ਆਪਣੇ ਟਾਈਮ ਨਾਲ ਸ਼ੁਰੂ ਆ, ਫਿਰ ਵੀ ਸਾਡੀ ਕੋਸ਼ਿਸ਼ ਆ ਵੀ ਲਗਭਗ 5-6 ਵਜੇ ਤੱਕ ਜਿਹੜਾ ਇਹ ਧਰਨਾ ਜਿਹੜਾ ਉਹ ਚੱਲੂਗਾ। ਐਮਰਜੈਂਸੀ ਸੇਵਾਵਾਂ ਜਿਹੜੀਆਂ ਨੇ ਤੁਸੀਂ ਉਹਨਾਂ ਨੂੰ ਖੋਲ੍ਹਿਆ ਹੋਇਆ ਆ? ਜਿਹੜੀਆਂ 3 ਦਿਨ ਤੋਂ ਤਾਂ ਤੀਜਾ ਦਿਨ ਆ ਔਰ 3 ਦਿਨਾਂ ਤੋਂ ਜੇ ਕੋਈ ਐਂਬੂਲੈਂਸ ਆਉਂਦੀ ਆ ਜਾਂ ਕਿਸੇ ਨੂੰ ਫਸਟ ਏਡ ਦੀ ਲੋੜ ਆ ਜਾਂ ਕਿਸੇ ਨੂੰ ਮੈਡੀਕਲ ਦੀ ਲੋੜ ਆ ਉਹ ਅਸੀਂ ਆਪਣੇ ਸਟੂਡੈਂਟ ਨੂੰ, ਬੱਚਿਆਂ ਨੂੰ, ਨੌਜਵਾਨਾਂ ਨੂੰ, ਬਜ਼ੁਰਗਾਂ ਨੂੰ ਉਹਨਾਂ ਨੂੰ ਦੱਸਿਆ ਵੀ ਜਿੱਥੇ ਵੀ ਕਿਤੇ ਕੋਈ ਪ੍ਰੋਬਲਮ ਆਉਂਦੀ ਆ ਉਹਨਾਂ ਨੂੰ ਸਭ ਤੋਂ ਪਹਿਲਾਂ ਜਿਹੜਾ ਉਹਨਾਂ ਦਾ ਸਾਥ ਦਿਓ ਔਰ ਹੋ ਸਕੇ ਤਾਂ ਉਹਨੂੰ ਹੋਸਪਿਟਲ ਵੀ ਜਿਹੜਾ ਆਪ ਛੱਡ ਕੇ ਆ। ਧੰਨਵਾਦ। ਸੋ ਇਹ ਜਲੰਧਰ ਦੇ ਰਵਿਦਾਸ ਚੌਂਕ ਦੀ ਤਸਵੀਰ ਆ। ਪ੍ਰਸ਼ਾਸਨ ਦੇ ਵੱਲੋਂ ਪੁਖਤਾ ਇੰਤਜ਼ਾਮ ਕੀਤੇ ਹੋਏ ਆ, ਵਾਟਰ ਕੈਨਨ ਵੀ ਇੱਥੇ ਮੰਗਵਾਏ ਹੋਏ ਆ, ਫੋਰਸ ਜਿਹੜੀ ਲਗਾਤਾਰ ਆ ਰਹੀ ਆ। ਦਿਹਾਤੀ ਦੇ ਵਿੱਚ 3,000 ਤੋਂ ਵੱਧ ਮੁਲਾਜ਼ਮ ਜਿਹੜੇ ਆ ਤੈਨਾਤ ਕੀਤੇ ਗਏ ਆ ਅਤੇ ਸਿਟੀ ਦੇ ਵਿੱਚ 4,000 ਦੇ ਕਰੀਬ ਮੁਲਾਜ਼ਮਾਂ ਦੀ ਡਿਊਟੀ ਲਗਾਈ ਗਈ ਆ ਤਾਂ ਜੋ ਕੋਈ ਵੀ ਸ਼ਰਾਰਤੀ ਅਨਸਰ ਇੱਥੇ ਕੋਈ ਵੀ ਕਿਸੇ ਵੀ ਗਲਤ ਤਰੀਕੇ ਦੇ ਨਾਲ ਮਾਹੌਲ ਨਾ ਖਰਾਬ ਕਰ ਸਕੇ। ਇੱਕ ਗੱਲ ਹੋਰ, ਦੈਨਿਕ ਸਵੇਰਾ ਦੇ ਵੱਲੋਂ ਵੀ ਅਸੀਂ ਅਪੀਲ ਕਰਨੀ ਚਾਹੁੰਦੇ ਹਾਂ ਕਿ ਕੋਈ ਵੀ ਵਿਅਕਤੀ ਜਿਹੜਾ ਆ ਅਫਵਾਹਾਂ ਦੇ ਉੱਤੇ ਯਕੀਨ ਨਾ ਕਰੇ, ਕਿਉਂਕਿ ਇਹੋ ਜਿਹੇ ਮਾਹੌਲ ਦੇ ਵਿੱਚ ਅਫਵਾਹਾਂ ਫੈਲਾਉਣ ਵਾਲੇ ਵੀ ਬਹੁਤ ਲੋਕ ਹੁੰਦੇ ਆ ਅਤੇ ਅਫਵਾਹਾਂ 'ਤੇ ਯਕੀਨ ਨਾ ਕੀਤਾ ਜਾਵੇ ਤਾਂ ਜੋ ਜਿਹੜਾ ਪੰਜਾਬ ਦਾ ਮਾਹੌਲ ਹੈ ਉਹਨੂੰ ਸੁਖਾਵਾਂ ਰੱਖਿਆ ਜਾ ਸਕੇ। ਪਲ ਪਲ ਦੀ ਖਬਰ ਜਿਹੜੀ ਹੈ ਦੈਨਿਕ ਸਵੇਰਾ ਤੁਹਾਨੂੰ ਦਿੰਦਾ ਰਹੇਗਾ। ਦੈਨਿਕ ਸਵੇਰਾ ਨੂੰ ਤੁਸੀਂ ਦੇਖਦੇ ਰਹੋ, ਅਫਵਾਹਾਂ ਤੋਂ ਜਿਹੜਾ ਆ ਜ਼ਰੂਰ ਬਚਿਆ ਜਾਵੇ। ਕੈਮਰਾਮੈਨ ਪਵਨ ਦੇ ਨਾਲ ਮਨਦੀਪ ਸਿੰਘ, ਦੈਨਿਕ ਸਵੇਰਾ TV, ਜਲੰਧਰ। I'm Supriya Gera. I'm 20-year engineering student. So, I joined BodyFab about 3-4 months back and maine apni weight loss journey 84 kg se start kari thi and now I'm about 69 kg. I strongly recommend jo apna weight loss karna chahte hain, jo obesity se bahar aana chahte hain, jo apne health issues ko improve karna chahte hain, apni eating habits ko improve karna chahte hain, BodyFab is the right place to guide you.